ਡੋਨਲਡ 트ੰਪ ਐਸ ਵਲੋ ਉਮੀਦਵਾਰ ਨੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਨੇ ਉਮੀਦਵਾਰ ਦੀ ਦੌੜ ਦੇ ਵਿੱਚ ਇਹਨਾਂ ਨੇ ਇਹ ਕਿਹਾ ਜਾ ਰਿਹਾ ਕਿ ਕੀ ਜੇ ਦੁਬਾਰਾ ਚੁਣੇ ਗਏ ਪਹਿਲੀ ਗੱਲ ਤਾਂ ਜੇ ਉਮੀਦਵਾਰ ਬਣ ਗਏ ਦੂਜੀ ਗੱਲ ਜੇ ਦੁਬਾਰਾ ਚੁਣੇ ਗਏ ਤਾਂ ਕੀ ਡਿਪੋਰਟ ਕਰਨਗੇ ਲੋਕਾਂ ਨੂੰ ਇੱਥੋਂ ਹੁਣ ਇਹਨੂੰ ਪਿਛਲੇ ਤੱਥਾਂ ਦੇ ਨਾਲ ਸਾਂਝਾ ਕਰਕੇ ਦੇਖਿਆ ਜਾ ਰਿਹਾ ਜਿਹੜੇ ਯੂਐਸ ਮੈਕਸੀਕੋ ਬਾਰਡਰ ਦੇ ਵਿੱਚ 2018 ਤੇ 2019 ਦੇ ਵਿੱਚ ਇਹਨਾਂ ਨੇ ਯਤਨ ਕੀਤਾ ਕਹਿੰਦੇ ਸਕੀਮ ਪੜਾਈ ਗੱਲਬਾਤ ਕੀਤੀ ਚਰਚਾ ਕੀਤੀ ਸੀ ਵੀ ਲੋਕਾਂ ਨੂੰ ਬਾਹਰ ਕੱਢਣਾ ਵਾਈਟ ਹਾਊਸ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਅਗਰੈਸਿਵਲੀ ਉੱਥੇ ਸੋਰਸਸ ਡਿਪਲੋਏ ਕੀਤੇ ਰਿਸੋਰਸਸ ਯੂ ਐਸ ਮਿਲਟਰੀ ਦੇ ਵਿੱਚ ਤਾਂ ਕਿ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾ ਸਕੇ ਦੱਸਿਆ ਜਾ ਰਿਹਾ ਜਿਹੜੇ ਅਫੀਸ਼ੀਅਲਸ ਐਸ ਵੇਲੇ ਪ੍ਰਾਈਵੇਟਲੀ ਉਹਨਾਂ ਨੇ ਦੱਸਿਆ ਕਿ ਮਾਈਗ੍ਰੈਂਟਸ ਨੂੰ ਡਿਟੇਨ ਕਰਨ ਦੇ ਲਈ ਸਕੀਮ ਬਣਾਈ ਗਈ ਸੀ ਮਿਲਟਰੀ ਬੇਸਿਸ ਦੇ ਉੱਤੇ ਤੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਮਿਲਟਰੀ ਦੀ ਡਿਊਟੀ ਲਈ ਗਈ ਸੀ ਕਹਿੰਦੇ ਇਹ ਗੱਲ ਕੀਤੀ ਗਈ ਹੈ ਵੀ ਮਿਲਟਰੀ ਲਾ ਕੇ ਜਦੋਂ ਡੋਨਲਡ ਟਰੰਪ ਪਹਿਲਾ ਰਾਸ਼ਟਰਪਤੀ ਬਣੇ ਸੀ ਉਸ ਵੇਲੇ ਇਹਨਾਂ ਨੇ ਕਹਿੰਦੇ ਇਹ ਗੱਲ ਕੀਤੀ ਸੀ ਵੀ ਮਿਲਟਰੀ ਲਾ ਕੇ ਇਹਨਾਂ ਨੂੰ ਚੱਕ ਚੱਕ ਕੇ ਬਾਹਰ ਭੇਜ ਦਿੱਤਾ ਜਾਵੇ ਪਲੇਨਾਂ ਦੇ ਵਿਚਰੇ ਨੂੰ ਬਾਹਰ ਛੱਡ ਦਿੱਤਾ ਜਾਵੇ ਜਿਹੜੇ ਮਿਲਟਰੀ ਪਲੇਨਸ ਦੇ ਉੱਤੇ ਆਈਡੀਆ ਜਿਹੜਾ ਪੈਂਟਾਗਨ ਨੇ ਮਤਲਬ ਉਸ ਤਰੀਕੇ ਨਾਲ ਅੱਗੇ ਨਹੀਂ ਵਧਾਇਆ ਜਿੰਨਾ ਚਿਰ ਇਹ ਰਾਸ਼ਟਰਪਤੀ ਰਹੇ ਆ ਇਹ ਬਹੁਤ ਵਾਰੀ ਇਸ ਗੱਲ ਦੀ ਮੰਗ ਕਰਦੇ ਰਹੇ ਕਿ ਜਿਹੜੇ ਫੌਜੀ ਆ ਇਹਨਾਂ ਨੂੰ ਬਾਰਡਰ ਦੇ ਉੱਤੇ ਭੇਜੋ ਤੇ ਜਿਹੜੇ ਬਾਰਡਰ ਕ੍ਰੋਸ ਕਰ ਰਹੇ ਆ ਇਹਨਾਂ ਲੋਕਾਂ ਨੂੰ ਫੜੋ ਬਹੁਤ ਜ਼ਿਆਦਾ ਕਹਿੰਦੇ ਇਹ ਮਿਲਟਰੀ ਇਨਵੋਲਵ ਕਰਨ ਦੇ ਲਈ ਅਬਸੈਸਟ ਸੀਗੇ ਡੋਨਲਡ ਟਰੰਪ ਆਪਣੇ ਪਹਿਲੀ ਵਾਰੀ ਦੇ ਦੌਰਾਨ ਚਾਹੁੰਦੇ ਸੀ ਕਿ ਮਿਲਟਰੀ ਇਨਵੋਲਵ ਕਰਕੇ ਇਹਨਾਂ ਨੂੰ ਬਾਰਡਰ ਦੇ ਉੱਤੇ ਲਾਇਆ ਜਾਵੇ ਜਿਹੜੇ ਇੱਕ ਸਾਬਕਾ ਸੀਨੀਅਰ ਐਡਮਿਨਿਸਟ੍ਰੇਸ਼ਨ ਅਫੀਸ਼ੀਅਲਸ ਆ ਉਹਨਾਂ ਨੇ ਇਹ ਜਾਣਕਾਰੀ ਇਸ ਵੇਲੇ ਕੀਤੀ ਆ ਇਸ ਸ਼ਰਤ ਦੇ ਉੱਤੇ ਵੀ ਉਹਨਾਂ ਦਾ ਨਾਂ ਨਹੀਂ ਦੱਸਿਆ ਜਾਊਗਾ ਹੁਣ ਜਿਹੜੀ ਅ ਇਹ ਅਪਰੋਚ ਸੀਗੀ ਤੇ ਜਿਹੜੀ ਇੱਕ ਉਹ ਕੰਮ ਸੀ ਜਿਹਨੂੰ ਇਹ ਪੂਰਾ ਨਹੀਂ ਕਰ ਸਕੇ ਭਾਵ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਹੁਣ ਉਹਦੇ ਨਾਲ ਉਹਦੀ ਜਿਹੜੀ ਸਿਗਨੀਫਿਕੈਂਸ ਆ ਉਹਦੀ ਮਹੱਤਤਾ ਆ ਦੁਬਾਰਾ ਆ ਗਈ ਆ ਤੇ ਜਿਹਦੇ ਨਾਲ ਕਿ ਇਹ ਦੁਬਾਰਾ ਇੱਕ ਵਾਰੀ ਜਿਹੜੇ ਫੇਰ ਉੱਥੇ ਸਾਹਮਣੇ ਆਉਣਗੇ ਜੇ ਇਹ ਰਾਸ਼ਟਰਪਤੀ ਬਣਦੇ ਆ ਤਾਂ ਉਸ ਵੇਲੇ ਇਹ ਕੀ ਕਰਨਗੇ ਸਾਫਕਰ ਰਾਸ਼ਟਰਪਤੀ ਨੇ ਕਹਿੰਦੇ ਇਮੀਗ੍ਰੇਸ਼ਨ ਨੂੰ ਇੱਕ ਕੋਰ ਕੈਂਪੇਨ ਥੀਮ ਬਣਾਇਆ ਸੀ ਇਹਦੇ ਉੱਤੇ ਕੈਂਪੇਨਿੰਗ ਕੀਤੀ ਆ ਤੇ ਖਾਸ ਤੌਰ ਦੇ ਉੱਤੇ ਪ੍ਰਮੋਟ ਕੀਤਾ ਇਸ ਚੀਜ਼ ਨੂੰ ਕਿ ਇਹ ਪ੍ਰਪੋਜ਼ਲ ਜਿਹੜਾ ਇਹਨਾਂ ਲੋਕਾਂ ਨੂੰ ਇਥੋਂ ਬਾਹਰ ਕੱਢਣ ਦਾ ਤੇ ਇਹ ਵੀ ਉਹਨਾਂ ਨੇ ਹੁਣ ਵੀ ਕਿਹਾ ਆ ਕਿ ਜੇ ਮੈਂ ਦੁਬਾਰਾ ਪਾਵਰ ਦੇ ਵਿੱਚ ਆ ਗਿਆ ਤਾਂ ਮੈਂ ਇਹਨਾਂ ਲੋਕਾਂ ਨੂੰ ਇਥੋਂ ਬਾਹਰ ਕੱਢ ਦਊਗਾ ਹੁਣ ਜਦੋਂ ਇਹਨਾਂ ਨੇ ਲਾਂਚ ਕੀਤਾ ਸੀਗਾ ਸਭ ਤੋਂ ਵੱਡਾ ਜਿਹੜਾ ਜਿਹੜੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਇਹ ਰਾਸ਼ਟਰਪਤੀ ਜਣਜਨ ਬਣ ਜਾਂਦੇ ਆ ਤਾਂ ਸਭ ਤੋਂ ਵੱਡਾ ਡੋਮੈਸਟਿਕ ਡੈਪੂਟੇਸ਼ਨ ਆਪਰੇਸ਼ਨ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਹੋਊਗਾ ਜਿਹੜਾ ਇਹ ਚਲਾਉਣਗੇ ਜੇ ਰਾਸ਼ਟਰਪਤੀ ਬਣ ਕੇ ਤਾਂ ਇੱਕ ਮਾਡਲ ਇਹ ਆਇਆ ਨਾਲ ਕੋਲ ਇੱਕ ਜਿਹੜਾ ਕਿਸੇ ਵੇਲੇ ਦੇ ਵਿੱਚ ਇੱਕ ਪ੍ਰੋਗਰਾਮ ਚੱਲਿਆ ਸੀ ਇਹਨੂੰ ਆਪਰੇਸ਼ਨ ਵੈਟਬੈਕ ਕਹਿੰਦੇ ਸੀ ਆਪਰੇਸ਼ਨ ਵੈਟਬੈਕ ਦੇ ਵਿੱਚ ਕਿੰਨੇ ਲੋਕਾਂ ਨੂੰ ਚੱਕ ਕੇ ਮੈਕਸੀਕੋ ਦੇ ਵਿੱਚ ਵਾਪਸ ਭੇਜਿਆ ਗਿਆ ਸੀ ਜਿਹੜੇ ਮੈਕਸੀਕਨ ਮਾਈਗ੍ਰੈਂਟਸ ਸੀਗੇ ਮਿਲਟਰੀ ਜਿਹੜੇ ਟੈਕਟਿਕਸ ਆ ਯੂਓ ਯੂਜ਼ ਕੀਤੇ ਸੀ ਨਾ ਸਾਰਿਆਂ ਨੂੰ ਇਕੱਠੇ ਕਰਕੇ ਬਾਹਰ ਭੇਜਣ ਦੇ ਲਈ ਵੀ ਉਹ ਜਿਹੜਾ ਆਪਰੇਸ਼ਨ ਵੈਟਬੈਕ ਕਦੇ ਅਮਰੀਕਾ ਦੇ ਵਿੱਚ ਚੱਲਿਆ ਸੀ ਇਹ ਕਹਿੰਦੇ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਚਲਾਉਂਗਾ ਲੋਕਾਂ ਨੂੰ ਇਥੋਂ ਬਾਹਰ ਕੱਢੂੰਗਾ ਹੁਣ ਇਹ ਗੱਲ ਕਿੰਨੀ ਕਿ ਸੱਚੀ ਹੁੰਦੀ ਹੈ ਇਸ ਗੱਲ ਦੇ ਬਾਰੇ ਜਿਹੜੇ ਪੋਲਿਟਿਕਲ ਮਾਹਰ ਨੇ ਉਹ ਚਿੰਤਤ ਨੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੀ ਇਹਦੀਆਂ ਹੋਰ ਡਿਟੇਲਸ ਸਾਹਮਣੇ ਆ ਸਕਣ ਕਿ ਜੇ ਅੰਦਾਜ਼ੇ ਅਸਲ ਦੇ ਵਿੱਚ ਕਿ ਕੀ ਮਿਲਟਰੀ ਇਨਵੋਲਵ ਕਰਕੇ ਇਦਾਂ ਦਾ ਕੁਝ ਕਰ ਸਕਦੇ ਆ ਜਿਹੜੀ ਇਹ ਅਧੂਰੀ ਰਹਿ ਗਈ ਗੱਲਬਾਤ ਆਪਣੇ ਪਹਿਲੇ ਟਰਮ ਦੇ ਦੌਰਾਨ ਜੇ ਲੋਕ ਅਮਰੀਕਾ ਦੇ ਫੇਰ ਇਹਨਾਂ ਨੂੰ ਮੌਕਾ ਦਿੰਦੇ ਆ ਕਿ ਦੁਬਾਰਾ ਫੇਰ ਇਹਨਾਂ ਨੂੰ ਇਥੋਂ ਕੱਢਣਗੇ ਜਾਂ ਇਹਨਾਂ ਦੀਆਂ ਇਹ ਗੱਲਾਂ ਬਾਤਾਂ ਹੀ ਰਹਿਣਗੀਆਂ ਅਸਲ ਦੇ ਵਿੱਚ ਏਡਾ ਵੱਡਾ ਐਕਸ਼ਨ ਲੈਣਾ ਜਾਂ ਇਹ ਕੁਝ ਕਰਨਾ ਸੰਭਵ ਨਹੀਂ ਹੈ ਸੋ ਇਹ ਐਸ ਵੇਲੇ ਸਾਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਹੈ ਕਿ ਜਿਹੜੀ ਜਿਹੜੇ ਇਹ ਦੇਸ਼ ਨੇ ਜਿੱਥੋਂ ਇਹ ਲੋਕ ਮжоਰਿਟੀ ਦੇ ਵਿਚਾਰ ਰਹੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਕੱਢਿਆ ਜਾਣਾ ਜਾਂ ਕੀ ਇਹ ਪੋਸੀਬਲ ਵੀ ਹੈਗਾ ਅਮਰੀਕਾ ਦੇ ਲਈ ਕਿ ਇਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਜਾਂ ਇਹ ਗੱਲ ਇੰਨੀ ਕੈਸ਼ ਵੇਲੇ ਲੋਡ ਵੀ ਬਣ ਚੁੱਕੀ ਹੈ ਜਿਨ੍ਹਾਂ ਨੂੰ ਬਾਹਰ ਕੱਢਦੇ ਹੋ ਤਾਂ ਅਮਰੀਕਾ ਦਾ ਜਿਹੜਾ ਸਾਰਾ ਸਿਸਟਮ ਆ ਉਹ ਸਿਸਟਮ ਵੀ ਚੱਲਣਾ ਬੰਦ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ